ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ YouTube ਦੇ ਬਾਰੇ। YouTube ਨੂੰ ਸਾਰੇ ਜਾਣਦੇ ਨੇ, YouTube ਇੱਕ ਸੋਸ਼ਲ ਵੀਡੀਓ ਸਾਈਟ ਹੈ ਜਿਸ ਦੇ ਵਿੱਚ ਲੋਕ ਆਪਣੇ ਆਪ ਵੀਡੀਓਜ਼ ਪਾਉਂਦੇ ਨੇ, ਅਤੇ ਬਟ ਬਹੁਤ ਲੋਕ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਏਗਾ ਕਿ YouTube ਤੋਂ ਪੈਸਾ ਵੀ ਕਮਾਇਆ ਜਾ ਸਕਦਾ। ਦੋਸਤੋ ਅੱਜ ਆਪਾਂ ਇਸ ਟੋਪਿਕ 'ਤੇ ਹੀ ਗੱਲ ਕਰਨ ਜਾ ਰਹੇ ਹਾਂ, YouTube ਤੋਂ ਪੈਸਾ ਕਿਸ ਤਰ੍ਹਾਂ ਕਮਾਉਣਾ ਹੈ। ਇਹਦਾ ਸਭ ਤੋਂ ਪਹਿਲਾ ਸਟੈਪ ਹੁੰਦਾ YouTube ਵਿੱਚ ਆਪਣਾ ਚੈਨਲ ਕ੍ਰੀਏਟ ਕਰਨਾ। ਅੱਜ ਮੈਂ ਤੁਹਾਨੂੰ ਅੱਜ ਇਹੀ ਸਿਖਾਊਂਗਾ ਕਿ YouTube ਦੇ ਉੱਤੇ ਚੈਨਲ ਕਿਵੇਂ ਕ੍ਰੀਏਟ ਕਰਨਾ ਹੈ। ਤੋ ਚਲੋ ਦੋਸਤੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਗੂਗਲ ਦੇ ਉੱਤੇ ਗੂਗਲ ਸਾਈਨ ਅਪ ਤੁਸੀਂ ਸਰਚ ਕਰ ਸਕਦੇ ਹੋ। ਗੂਗਲ ਸਾਈਨ ਅਪ ਜਦੋਂ ਤੁਸੀਂ ਕਰੋਗੇ ਤਾਂ ਸਭ ਤੋਂ ਜਿਹੜੀ ਪਹਿਲੀ ਆਪਸ਼ਨ ਆਏਗੀ ਉਸਨੂੰ ਤੁਸੀਂ ਓਪਨ ਕਰ ਲੈਣਾ ਹੈ। ਓਪਨ ਕਰੋਗੇ ਤਾਂ ਇੱਕ ਪੇਜ ਤੁਹਾਡੇ ਸਾਹਮਣੇ ਖੁੱਲ੍ਹੇਗਾ ਜਿੱਥੇ ਕ੍ਰੀਏਟ ਯੂਅਰ ਗੂਗਲ ਅਕਾਊਂਟ ਲਿਖਿਆ ਹੋਏਗਾ। ਉਸ 'ਤੇ ਸਭ ਤੋਂ ਪਹਿਲਾਂ ਨੇਮ ਹੈ, ਨੇਮ ਦੀ ਜਗ੍ਹਾ ਤੁਸੀਂ ਆਪਣਾ ਭਰ ਦੇਣਾ ਜੋ ਵੀ ਤੁਸੀਂ ਚੈਨਲ ਦਾ ਨਾਮ ਰੱਖਣਾ ਚਾਹੁੰਦੇ ਹੋ ਜਾਂ ਅਕਾਊਂਟ ਦਾ ਨਾਮ ਰੱਖਣਾ ਚਾਹੁੰਦੇ ਹੋ। ਉਸ ਤੋਂ ਬਾਅਦ ਯੂਜ਼ਰ ਨੇਮ ਦੇ ਵਿੱਚ ਕੋਈ ਵੀ ਆਪਣਾ ਜੋ ਤੁਹਾਨੂੰ ਪਸੰਦ ਹੈ ਉਹ ਤੁਸੀਂ ਰੱਖ ਸਕਦੇ ਹੋ। ਇਸ ਤੋਂ ਥੱਲੇ ਕ੍ਰੀਏਟ ਪਾਸਵਰਡ, ਕ੍ਰੀਏਟ ਪਾਸਵਰਡ ਦੇ ਵਿੱਚ ਤੁਸੀਂ ਆਪਣਾ ਪਾਸਵਰਡ ਰੱਖਣਾ ਹੈ, 8 ਕਰੈਕਟਰ ਦਾ ਮਿਨੀਮਮ ਹੋਣਾ ਚਾਹੀਦਾ। ਉਹੀ ਪਾਸਵਰਡ ਤੁਸੀਂ ਦੁਬਾਰਾ ਥੱਲੇ ਕਰਕੇ ਉਸਨੂੰ ਕਨਫਰਮ ਕਰ ਸਕਦੇ ਹੋ। ਇਸਦੇ ਥੱਲੇ ਆਪਣਾ ਡੇਟ ਆਫ ਬਰਥ ਦੋਸਤੋ ਤੁਸੀਂ ਦੱਸ ਦੇਣਾ ਹੈ ਆਪਣਾ। ਉਸ ਤੋਂ ਨੀਚੇ ਹੈ ਜੈਂਡਰ, ਮੇਲ ਹੈ ਜਾਂ ਫੀਮੇਲ ਹੈ ਉਹ ਤੁਸੀਂ ਕਲਿੱਕ ਕਰ ਦਿਉ। ਉਸ ਤੋਂ ਨੀਚੇ ਤੁਸੀਂ ਆਪਣਾ ਮੋਬਾਈਲ ਨੰਬਰ ਜੋ ਵੀ ਤੁਸੀਂ ਯੂਜ਼ ਕਰਦੇ ਹੋ, ਜਿਸ 'ਤੇ ਤੁਹਾਨੂੰ ਨੋਟੀਫਿਕੇਸ਼ਨ ਗੂਗਲ ਵੱਲੋਂ ਆ ਜਾਏ, ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ, ਉਹ ਤੁਸੀਂ ਫੀਡ ਕਰ ਦਿਉ। ਅਤੇ ਜੇ ਕੋਈ ਤੁਸੀਂ ਕਰੰਟ ਈਮੇਲ ਐਡਰੈਸ ਯੂਜ਼ ਕਰ ਰਹੇ ਹੋ ਤਾਂ ਤੁਸੀਂ ਉਹ ਵੀ ਭਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਨੈਕਸਟ ਸਟੈਪ 'ਤੇ ਕਲਿੱਕ ਕਰ ਦਿਓ। ਨੈਕਸਟ ਸਟੈਪ 'ਤੇ ਗੂਗਲ ਦੀਆਂ ਪ੍ਰਾਈਵੇਸੀ ਐਂਡ ਟਰਮਸ ਕੰਡੀਸ਼ਨ ਨੇ, ਉਹ ਤੁਸੀਂ ਆਈ ਐਗਰੀ 'ਤੇ ਕਲਿੱਕ ਕਰ ਦੇਣਾ ਹੈ। ਆਈ ਐਗਰੀ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਜੀਮੇਲ ਦਾ ਅਕਾਊਂਟ ਕ੍ਰੀਏਟ ਹੋ ਜਾਏਗਾ, ਤੁਸੀਂ ਕੰਟੀਨਿਊ 'ਤੇ ਕਲਿੱਕ ਕਰ ਦੇਣਾ ਹੈ। ਕੰਟੀਨਿਊ 'ਤੇ ਕਲਿੱਕ ਕਰਨ ਦੇ ਬਾਅਦ ਇੱਕ ਨਵਾਂ ਪੇਜ ਤੁਹਾਡੇ ਸਾਹਮਣੇ ਖੁੱਲ੍ਹੇਗਾ ਗੂਗਲ ਦਾ, ਜਿਹਦੇ ਵਿੱਚ ਜੀਮੇਲ ਹੈ, ਗੂਗਲ ਪਲੱਸ ਹੈ, ਮੈਪਸ ਨੇ। ਤੁਸੀਂ ਯੂਟਿਊਬ 'ਤੇ ਕਲਿੱਕ ਕਰਨਾ ਹੈ ਕਿਉਂਕਿ ਆਪਾਂ ਯੂਟਿਊਬ ਦਾ ਚੈਨਲ ਕ੍ਰੀਏਟ ਕਰਨਾ ਹੈ। ਯੂਟਿਊਬ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਯੂਟਿਊਬ ਦਾ ਪੇਜ ਖੁੱਲ੍ਹ ਜਾਏਗਾ। ਸਾਈਨ ਇਨ ਹੈ ਸੱਜੇ ਪਾਸੇ, ਤੁਸੀਂ ਸਾਈਨ ਇਨ 'ਤੇ ਕਲਿੱਕ ਕਰ ਦੇਣਾ ਹੈ। ਸਾਈਨ ਇਨ 'ਤੇ ਕਲਿੱਕ ਕਰੋਗੇ ਤਾਂ ਤੁਹਾਡਾ ਆਪਣੇ ਆਪ ਜੋ ਜੀਮੇਲ ਦਾ ਤੁਸੀਂ ਅਕਾਊਂਟ ਕ੍ਰੀਏਟ ਕੀਤਾ ਹੈ ਉਹ ਤੁਹਾਡਾ ਆਪਣੇ ਆਪ ਹੀ ਚੱਕ ਲਏਗਾ। ਸਾਈਨ ਇਨ ਹੋਣ ਤੋਂ ਬਾਅਦ ਦੋਸਤੋ ਤੁਸੀਂ ਮਾਈ ਚੈਨਲ 'ਤੇ ਕਲਿੱਕ ਕਰਨਾ ਹੈ। ਮਾਈ ਚੈਨਲ 'ਤੇ ਕਲਿੱਕ ਕਰਨ ਤੋਂ ਬਾਅਦ ਉਹ ਯੂਟਿਊਬ ਨਾਮ ਪੁੱਛੇਗਾ ਕਿ ਤੁਸੀਂ ਆਪਣੇ ਚੈਨਲ ਦਾ ਨਾਮ ਕੀ ਰੱਖਣਾ ਚਾਹੁੰਦੇ ਹੋ। ਜੋ ਵੀ ਤੁਹਾਨੂੰ ਪਸੰਦ ਹੈ ਉਹ ਤੁਸੀਂ ਨਾਮ ਰੱਖ ਦਿਓ। ਮੈਂ ਪੰਜਾਬੀ ਟੈਕ ਨਾਮ ਰੱਖਿਆ ਹੈ। ਇਸ ਤੋਂ ਬਾਅਦ ਤੁਸੀਂ ਕ੍ਰੀਏਟ ਚੈਨਲ, ਜੋ ਨੀਚੇ ਆਪਸ਼ਨ ਆ ਰਹੀ ਹੈ, ਕ੍ਰੀਏਟ ਚੈਨਲ 'ਤੇ ਕਲਿੱਕ ਕਰ ਦੇਣਾ ਹੈ। ਲਓ ਦੋਸਤੋ ਤੁਹਾਡਾ ਚੈਨਲ ਕ੍ਰੀਏਟ ਹੋ ਗਿਆ ਹੈ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ, ਇਹ ਤੁਹਾਡਾ ਚੈਨਲ ਹੈ। ਵੀਡੀਓ ਮੈਨੇਜਰ ਦੇ ਵਿੱਚ ਹਜੇ ਕੋਈ ਵੀਡੀਓ ਨਹੀਂ ਹੋਏਗੀ ਕਿਉਂਕਿ ਹਜੇ ਅਸੀਂ ਕੋਈ ਅਪਲੋਡ ਨਹੀਂ ਕੀਤੀ ਹੈ ਵੀਡੀਓ, ਇਹ ਚੈਨਲ ਨਵਾਂ ਕ੍ਰੀਏਟ ਹੋਇਆ ਹੈ। ਡੈਸ਼ਬੋਰਡ 'ਤੇ ਜਾ ਕੇ ਦੋਸਤੋ ਤੁਸੀਂ ਆਪਣੀ ਜੋ ਵੀਡੀਓਜ਼ ਪਾਓਗੇ ਉਸਦੇ ਐਨਾਲਿਟਿਕਸ ਦੇਖ ਸਕਦੇ ਹੋ ਕਿ ਕਿੰਨੇ ਵਿਊਜ਼ ਆਏ ਨੇ ਅਤੇ ਕਿੰਨੇ ਸਬਸਕ੍ਰਾਈਬਰ ਤੁਹਾਡੇ ਚੈਨਲ ਦੇ ਹੋ ਗਏ ਨੇ। ਇਹ ਸੀ ਦੋਸਤੋ ਸਟੈਪਸ ਕਿ ਤੁਸੀਂ ਆਪਣਾ ਯੂਟਿਊਬ ਦਾ ਚੈਨਲ ਕਿਵੇਂ ਕ੍ਰੀਏਟ ਕਰਨਾ ਹੈ। ਜੋ ਅਗਲੇ ਸਟੈਪਸ ਹੋਣਗੇ ਉਹ ਮੈਂ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਊਂਗਾ। ਦੋਸਤੋ ਤਦ ਤੱਕ ਲਈ ਧੰਨਵਾਦ, ਦੇਖਦੇ ਰਹੋ ਪੰਜਾਬੀ ਟੈਕ।